ਇਹਨਾਂ ਤੋਂ ਜਦੋਂ ਫੋਨ ਗਏ ਤੇ ਇਹ ਤਾਂ ਉਦੋਂ ਆਏ ਭੱਜ ਕੇ ਆਂਢੀਆਂ ਗਵਾਂਢੀਆਂ ਨੇ ਸਾਰਿਆਂ ਨੇ ਵਜਾਈ ਅੱਗ ਇਹ ਸਾਰੀ ਕਿਉਂਕਿ ਸੂਆ ਕੋਲੇ ਚੱਲਦਾ ਇੱਕ ਮੋਟਰ ਮੋਟਰ ਚਲਾ ਲਈ ਸਾਰਿਆਂ ਨੇ ਅੱਗ ਲਗਾ ਕੇ ਜਿਹੜੀ ਇਹ ਬੁਝਾਤੀ ਗਰੀਬ ਬੰਦਾ ਬਿਲਕੁਲ ਕੁੜੀ ਦਾ ਲੀੜਾ ਕੱਪੜਾ ਬਣਾਇਆ ਸੀ ਦੇਣਾ ਸੀਗਾ ਕੋਈ ਨਗਦੀ ਪੈਸੇ ਸੀਗੇ ਇਹ ਆਪ ਤਾਂ ਬੱਕਰੀਆਂ ਲੈ ਕੇ ਗਿਆ ਸੀ ਇਹਦਾ ਮੁੰਡਾ ਅਤੇ ਇਹਦੀ ਜਿਹੜੀ ਗੁੜੀਆ ਸੀਗੀ ਆ ਘਰ ਵਾਲੀ ਸੀ ਉਹ ਨਰੇਗਾ 'ਚ ਗਈ ਸੀ ਪਾਲ ਪੋਸ਼ਣ ਕਰ ਲਏ ਜੋ ਵੀ ਸੀਗਾ ਨਗਦੀ ਪੈਸੇ ਸੀ ਉਹ ਵੀ ਸੜ ਗਏ 25,000 ਰੁਪਇਆ ਸਾਰਾ ਇਹਦੇ ਅਸੀਂ ਤਾਂ ਇਹੋ ਹੀ ਮੰਗ ਕਰਦੇ ਹਾਂ ਵੀ ਇਹਦੀ ਕੋਈ ਸਰਕਾਰ ਸਹਾਇਤਾ ਕਰੇ ਸਮਾਨ ਸਮੂਨ ਸਾਰਾ ਕੁਛ ਮੱਚ ਗਿਆ ਕੋਈ ਨਹੀਂ ਸੀ ਹਾਂਜੀ ਕੀ ਕੰਮ ਕਰਦੇ ਨਰੇਗਾ 'ਚ ਗਏ ਸੀ ਅਤੇ ਮੈਂ ਬੱਕਰੀਆਂ ਲੈ ਕੇ ਗਿਆ ਜੀ ਕੁੜੀ ਦਾ ਤਾਜ ਬਣਾਇਆ ਸੀ ਸਾਰਾ ਮੱਚ ਗਿਆ ਹਾਂ ਸੀਗੇ 25,000 ਰੁਪਇਆ ਸੀਗਾ ਭੂਆ ਨੇ ਦਿੱਤਾ ਮੇਰੀ ਨੇ ਕੁੜੀ ਦੇ ਸਮਾਨ ਖਾਤਰ ਹੀ ਇਹ ਜੀ ਅਚਾਨਕ ਪਤਾ ਨਹੀਂ ਬਿਜਲੀ ਤੋਂ ਲੱਗੀ ਕਿ ਕਾਹਦੇ ਤੋਂ ਲੱਗੀ ਅੱਗ ਲੱਗ ਗਈ ਇੰਦਰ ਕੁਮਾਰ ਦੇ ਘਰੇ ਜਿਹੜਾ ਇਹ ਗਰੀਬ ਬੰਦਾ ਬਿਲਕੁਲ ਕੁੜੀ ਦਾ ਲੀੜਾ ਕੱਪੜਾ ਬਣਾਇਆ ਸੀ ਦੇਣਾ ਸੀਗਾ ਕੋਈ ਨਗਦੀ ਪੈਸੇ ਸੀਗੇ ਇਹ ਆਪ ਤਾਂ ਬੱਕਰੀਆਂ ਲੈ ਕੇ ਗਿਆ ਸੀ ਇਹਦਾ ਮੁੰਡਾ ਅਤੇ ਇਹਦੀ ਜਿਹੜੀ ਗੁੜੀਆ ਸੀਗੀ ਆ ਘਰ ਵਾਲੀ ਸੀ ਉਹ ਨਰੇਗਾ 'ਚ ਗਈ ਸੀ ਇਹਨਾਂ ਤੋਂ ਜਦੋਂ ਫੋਨ ਗਏ ਤੇ ਇਹ ਤਾਂ ਉਦੋਂ ਆਏ ਭੱਜ ਕੇ ਆਂਢੀਆਂ ਗਵਾਂਢੀਆਂ ਨੇ ਸਾਰਿਆਂ ਨੇ ਵਜਾਈ ਅੱਗ ਇਹ ਸਾਰੀ ਕਿਉਂਕਿ ਸੂਆ ਕੋਲੇ ਚੱਲਦਾ ਇੱਕ ਮੋਟਰ ਮੋਟਰ ਚਲਾ ਲਈ ਸਾਰਿਆਂ ਨੇ ਅੱਗ ਲਗਾ ਕੇ ਜਿਹੜੀ ਇਹ ਬੁਝਾਤੀ ਇਹ ਗਰੀਬ ਬੰਦਾ ਜੀ ਬਿਲਕੁਲ ਕੋਈ ਇਹਦੇ ਕੋਲ ਸਾਧਨ ਨਹੀਂ ਰਹਿ ਗਿਆ ਵੀ ਜਿਹੜਾ ਕੋਈ ਇਹ ਆਪਦਾ ਪਾਲ ਪੋਸ਼ਣ ਕਰ ਲਏ ਜੋ ਵੀ ਸੀਗਾ ਨਗਦੀ ਪੈਸੇ ਸੀ ਉਹ ਵੀ ਸੜ ਗਏ 25,000 ਰੁਪਇਆ ਸਾਰਾ ਇਹਦੇ ਅਸੀਂ ਤਾਂ ਇਹੋ ਹੀ ਮੰਗ ਕਰਦੇ ਹਾਂ ਵੀ ਇਹਦੀ ਕੋਈ ਸਰਕਾਰ ਸਹਾਇਤਾ ਕਰੇ ਮਕਾਨ ਵੀ ਫਟ ਗਿਆ ਵੇਖ ਹੀ ਲਿਆ ਤੁਸੀਂ ਸਾਰਾ ਮਕਾਨ ਵੀ ਫਟ ਗਿਆ ਉਹ ਸੜ ਗਿਆ ਬੱਤੇ ਬੁੱਤੇ ਸੜ ਗਏ ਪਤਾ ਹੀ ਨਹੀਂ ਜੀ ਮੈਂ ਤਾਂ ਖੇਤ ਸੀਗਾ ਮਗਰੋਂ ਅੱਗ ਲੱਗੀ ਹੈ ਸਮਾਨ ਸਮੂਨ ਸਾਰਾ ਕੁਛ ਮੱਚ ਗਿਆ ਕੋਈ ਨਹੀਂ ਸੀ ਹਾਂਜੀ ਕੀ ਕੰਮ ਕਰਦੇ ਨਰੇਗਾ 'ਚ ਗਏ ਸੀ ਅਤੇ ਮੈਂ ਬੱਕਰੀਆਂ ਲੈ ਕੇ ਗਿਆ ਜੀ ਕੁੜੀ ਦਾ ਤਾਜ ਬਣਾਇਆ ਸੀ ਸਾਰਾ ਮੱਚ ਗਿਆ ਕਿੰਨਾ ਕੋਈ ਸਮਾਨ ਜਿਹੜਾ ਲੱਗਦਾ ਡੇਢ ਕੁ ਲੱਖ ਰੁਪਏ ਪੈਸੇ ਪੂਸੇ ਵੀ ਸੜੇ ਹਾਂ ਸੀਗੇ 25,000 ਰੁਪਇਆ ਸੀਗਾ ਭੂਆ ਨੇ ਦਿੱਤਾ ਮੇਰੀ ਨੇ ਕੁੜੀ ਦੇ ਸਮਾਨ ਖਾਤਰ ਹੀ ਬਸ ਇੰਨਾ ਕੁਛ ਸੀ ਕਾਹਦੇ ਨਾਲ ਕੋਈ ਲੱਗੀ ਲੱਗੀ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਆਂਢੀਆਂ ਗੁਆਂਢੀਆਂ ਨੇ ਫੋਨ ਕਰੇ ਸੀ ਤਾਂ ਪਤਾ ਲੱਗਿਆ